ਹਾਂਜੀ ਸਰ, ਸਰ ਇਹ ਜਿਹੜੀ ਆਪਣਾ ਇਹ ਅੱਜ ਦੀ ਜਿਹੜੀ ਖਬਰ ਕੀ ਹੈਗੀ, ਜਿਹੜੀ ਵੀ ਬੰਦਾ ਫੜਿਆ, ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ? ਇਹ ਜੀ, ਸਾਡੇ ASI ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਜਿਹੜੇ ਆ ਗਸ਼ਤ ਕਰ ਰਹੇ ਸੀ, ਅਤੇ ਜਿਨ੍ਹਾਂ ਨੇ ਦੌਰਾਨੇ ਗਸ਼ਤ ਜਿਹੜਾ ਕਵਿਸ਼ ਉਰਫ ਹਰੀਸ਼ ਪੁੱਤਰ ਜਸਪਾਲ ਸਿੰਘ ਵਾਸੀ ਕੋਠੀ ਸ਼ਾਮ ਦੀ ਮੱਲ ਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ 33 ਬੋਤਲਾਂ ਅੰਗਰੇਜ਼ੀ ਸ਼ਰਾਬ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 123 ਮਿਤੀ 30/8/24 ਅੰਡਰ ਸੈਕਸ਼ਨ 61(14) ਐਕਸਾਈਜ਼ ਐਕਟ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਜਿਹੜਾ ਦਰਜ ਰਜਿਸਟਰ ਕੀਤਾ ਆ। ਦੋਸ਼ੀ ਨੂੰ ਜਿਹੜਾ ਬੰਦ ਹਵਾਲਤ ਕਰਾਇਆ ਗਿਆ ਅਤੇ ਉੱਥੋਂ ਜਿਹੜੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਸ਼ਰਾਬ ਜਿਹੜੀ ਕਿੱਥੋਂ ਆਉਂਦੀ ਹੈ ਅਤੇ ਕਿਹੜੇ ਕਿਹੜੇ ਇਹਦੇ ਸਾਥੀ ਇਸ ਦੇ ਨਾਲ ਜਿਹੜੇ ਆ ਇਨਵੋਲਵ ਹੈਗੇ ਇਸ 'ਚ। ਇਹ ਸਰ ਅਜੇ ਬਰੀਕੀ ਨਾਲ ਦੀ ਪੁੱਛਗਿੱਛ ਕੀਤੀ ਜਾਵੇਗੀ, ਅਜੇ ਹੁਣੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਇਹਦਾ, ਜਿਹੜਾ ਆ ਬਰੀਕੀ ਨਾਲ ਪੁੱਛਗਿੱਛ ਕਰਕੇ ਕਿ ਕਿਹਦੇ ਚਿਰ 'ਚੋਂ ਕਰ ਰਿਹਾ ਸੀ ਅਤੇ ਕਿਹੜੇ ਹੋਰ ਬੰਦੇ ਇਹਦੇ ਨਾਲ ਜਿਹੜੇ ਇਨਵੋਲਵ ਨੇ ਸਾਰੀ ਬਰੀਕੀ ਨਾਲ। ਇਹ 33 ਬੋਤਲਾਂ ਅੰਗਰੇਜ਼ੀ ਸ਼ਰਾਬ ਮੈਕਡੋਨਲ ਜਿਹੜੀ ਬਰਾਮਦ ਹੋਈ ਹੈ। ਇਹ ਬਾਹਰ ਬਾਜ਼ਾਰ ਵਿੱਚ ਜਿਹੜਾ ਆ ਰੱਖ ਕੇ ਜਿਹੜਾ ਆ ਸ਼ਰਾਬ ਜਿਹੜਾ ਆ ਇਹ ਵੇਚ ਰਿਹਾ ਸੀ, ਜਿੱਥੋਂ ਮੌਕੇ 'ਤੇ ਇਹਦੇ ਕੋਲੋਂ 9 ਬੋਤਲਾਂ ਸ਼ਰਾਬ ਬਰਾਮਦ ਕਰਕੇ ਅਤੇ ਇਹਦੀ ਪੁੱਛਗਿੱਛ 'ਤੇ 2 ਪੇਟੀਆਂ ਹੋਰ, ਕੁੱਲ 33 ਬੋਤਲਾਂ ਜਿਹੜੀਆਂ ਸ਼ਰਾਬ ਜਿਹੜੀ ਬਰਾਮਦ ਕੀਤੀ ਗਈ। ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਲੈਟਰ ਲੈ ਕੇ, ਜਿਹੜੀ ਇੱਦਾਂ ਦੇ ਲੋਕੀ ਸ਼ਰਾਬ ਵੇਚਦੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਸਾਡਾ ਪਬਲਿਕ ਨੂੰ ਵੀ ਮੈਸੇਜ ਹੈ ਕਿ ਨਜਾਇਜ਼ ਤੌਰ 'ਤੇ ਜਿਹੜੀ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਉਹਨਾਂ 'ਤੇ ਸਾਡੀ ਬਹੁਤ ਸਖਤੀ, ਅਸੀਂ ਉਹਨਾਂ ਦੇ ਮੁਕੱਦਮੇ ਦਰਜ ਕਰ ਰਹੇ ਹਾਂ। ਜੇ ਕੋਈ ਵਿਅਕਤੀ ਨਜਾਇਜ਼ ਸ਼ਰਾਬ ਵਿਕਰੇਤਾ ਤੋਂ ਸ਼ਰਾਬ ਖਰੀਦਦਾ ਪਾਇਆ ਗਿਆ ਤਾਂ ਉਹਦੇ ਖਿਲਾਫ਼ ਵੀ ਮੁਕੱਦਮਾ ਦਰਜ ਰਜਿਸਟਰ ਜਿਹੜਾ ਕੀਤਾ ਜਾਵੇਗਾ। ਅਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋ ਜਿੱਥੇ ਸ਼ਰਾਬ ਵਿਕਦੀ ਹੋਵੇ ਤੁਹਾਨੂੰ ਕੀ ਮੈਸੇਜ ਦਿੱਤੇ ਜਾਣ? ਬਿਲਕੁਲ ਜੀ, ਨਜਾਇਜ਼ ਸ਼ਰਾਬ ਦੀ ਜਗ੍ਹਾ 'ਤੇ ਜੇ ਕੋਈ ਪਬਲਿਕ ਜਾ ਕੇ ਸ਼ਰਾਬ ਖਰੀਦੇਗੀ ਜਾਂ ਕੋਈ ਰੇਹੜੀ 'ਤੇ ਜਾ ਕੇ ਕਿਤੇ ਪੀਵੇਗੀ ਤਾਂ ਉਸਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।